ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਇਸ ਵੇਲੇ ਖਤਰੇ ਦੇ ਵਿੱਚ ਹੈ। 60 ਦੇ ਕਰੀਬ ਸੀਨੀਅਰ ਅਕਾਲੀ ਆਗੂਆਂ ਨੇ ਬਾਗੀ ਹੋ ਕੇ ਮੰਗ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ। ਹਾਲਾਂਕਿ ਕਈ ਸੀਨੀਅਰ ਅਕਾਲੀ ਆਗੂਆਂ ਨੇ ਅਜੇ ਵੀ ਸੁਖਬੀਰ ਸਿੰਘ ਬਾਦਲ ਤੇ ਹੀ ਭਰੋਸਾ ਜਤਾਇਆ। 2008 ਤੋਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਦੀ ਸਥਿਤੀ ਪੰਜਾਬ 'ਚ ਕਮਜ਼ੋਰ ਹੀ ਹੁੰਦੀ ਗਈ ਹੈ, ਪਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹੇ ਹਨ। ਇਸ ਕਰਕੇ ਕਈ ਲੋਕ ਇਹ ਸੋਚਦੇ ਹਨ ਕਿ ਆਖਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡ ਰਹੇ। ਜ਼ਿਆਦਾ ਦੂਰ ਨਾ ਜਾਈਏ ਤਾਂ ਇੱਕ ਉਦਾਹਰਣ ਲੈ ਲਓ ਕਿ ਜਦੋਂ 2019 ਦੇ ਵਿੱਚ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਪ੍ਰਧਾਨਗੀ 'ਚ ਚੋਣ ਲੜੀ ਪਰ ਜਿੱਤ ਫਿਰ ਵੀ ਨਾ ਸਕੇ ਤਾਂ ਆਖਿਰ ਰਾਹੁਲ ਗਾਂਧੀ ਨੇ ਖੁਦ ਪ੍ਰਧਾਨਗੀ ਛੱਡ ਦਿੱਤੀ। ਇੱਕ ਮਹਿਜ਼ ਉਦਾਹਰਣ ਹੈ, ਹਾਲਾਂਕਿ ਕਾਂਗਰਸ ਅਤੇ ਅਕਾਲੀ ਦਲ ਦੀ ਰਾਜਨੀਤਿਕ ਸਥਿਤੀ ਬਹੁਤ ਵੱਖਰੀ ਹੈ। ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਜਾਣਨ ਦੀ ਕਿ ਆਖਿਰ ਇੱਕ ਵਿਅਕਤੀ ਕਿੰਨਾ ਸਮਾਂ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ, ਜਾਂ ਫਿਰ ਇਹ ਕਹਿ ਲਵੋ ਕਿ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਕਦੋਂ ਆਪਣਾ ਪ੍ਰਧਾਨ ਬਦਲਦੀ ਹੈ, ਪ੍ਰਧਾਨ ਚੁਣਨ ਦੀ ਵਿਧੀ ਕੀ ਹੈ, ਪ੍ਰਧਾਨ ਚੁਣਦਾ ਕੌਣ ਹੈ। ਤਾਂ ਇਸ ਦਾ ਜਵਾਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪ੍ਰਧਾਨ ਚੁਣਨ ਜਾਂ ਪ੍ਰਧਾਨ ਬਦਲਣ ਦੀ ਕੋਈ ਰਵਾਇਤ ਹੈ ਹੀ ਨਹੀਂ। ਅਜਿਹਾ 100 ਸਾਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਕਦੇ ਨਹੀਂ ਹੋਇਆ। ਸੁਖਬੀਰ ਸਿੰਘ ਬਾਦਲ ਨੂੰ ਮਿਲਾ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ 20 ਪ੍ਰਧਾਨ ਬਣ ਚੁੱਕੇ ਨੇ। ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਅਕਾਲੀ ਦਲ ਨੇ ਕਦੇ ਅਜਿਹੀ ਵਿਵਸਥਾ ਕੀਤੀ ਹੀ ਨਹੀਂ ਕਿ ਇਹ ਤੈਅ ਕੀਤਾ ਜਾਵੇ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕਾਰਜਕਾਲ ਕਿੰਨਾ ਰਹੇਗਾ ਅਤੇ ਕਦੋਂ ਅਕਾਲੀ ਦਲ ਦਾ ਪ੍ਰਧਾਨ ਬਦਲਿਆ ਜਾਵੇ ਅਤੇ ਕਿਸ ਨੂੰ ਚੁਣਿਆ ਜਾਵੇ। ਇਸ ਦਾ ਖਾਮਿਆਜ਼ਾ ਅਕਾਲੀ ਦਲ ਹੁਣ ਭੁਗਤ ਰਿਹਾ। ਅਕਾਲੀ ਦਲ ਦਾ ਇੱਕ ਸੰਵਿਧਾਨ ਹੈ ਜਿਹੜਾ, ਉਹਦੇ ਵਿੱਚ ਇਹ ਮੈਂਸ਼ਨ ਹੈਗਾ ਵੀ ਇੱਕ ਵਿਅਕਤੀ ਕਿੰਨਾ ਟਾਈਮ ਪ੍ਰਧਾਨ ਰਹਿ ਸਕਦਾ। ਕੋਈ ਮੈਂਸ਼ਨ ਨਹੀਂ, ਨਥਿੰਗ ਆਫ ਸੋਰਟ। ਅਕਾਲੀ ਦਲ ਦਾ ਤਾਂ ਕੁਛ ਹੁੰਦਾ ਹੀ ਨਹੀਂ, ਇਹ ਤਾਂ ਫਾਰਮੈਲਿਟੀਆਂ ਸਿਰਫ, ਆਪਰੇਸ਼ਨਲ ਜਿਹੜਾ ਕੰਮ ਹੁੰਦਾ ਉਹ ਡਿਫਰੈਂਟ ਹੁੰਦਾ ਤੇ ਇਲੈਕਸ਼ਨ ਕਮਿਸ਼ਨ ਨੂੰ ਡਿਫਰੈਂਟ ਕਨਸਟੀਟਿਊਸ਼ਨ ਦਿੱਤਾ। ਅਕਾਲੀ ਦਲ ਨੇ ਤਾਂ ਪਹਿਲਾਂ ਵੀ 2 ਕਨਸਟੀਟਿਊਸ਼ਨ ਦਿੱਤੇ ਆ, ਜਿਹਦਾ ਕੇਸ ਚੱਲੀ ਜਾਂਦਾ ਕੋਰਟ 'ਚ, ਹਾਈ ਕੋਰਟ ਤੱਕ ਜੀ। ਹਾਂ, ਪਹਿਲਾਂ ਵੀ ਇੱਕ ਪਾਸੇ 2 ਕਨਸਟੀਟਿਊਸ਼ਨ ਇਹਦੇ ਚੱਲ ਰਹੇ ਆ। ਇਹਨਾਂ ਦਾ ਕੋਈ ਇਸ ਕਿਸਮ ਦਾ ਨਹੀਂ ਸੰਵਿਧਾਨ ਹੁੰਦਾ ਵੀ ਅਕਾਲੀ ਦਲ ਦਾ ਇੱਕ ਨਵਾਂ ਫੈਕਸ਼ਨ ਵਾਲ ਜੁਟੇ ਬਣ ਗਿਆ। ਸੁਖਬੀਰ ਬਾਦਲ ਆਪਦੀ ਪਾਰਟੀ ਦਾ ਰਹੂਗਾ ਪ੍ਰਧਾਨ, ਜਿਵੇਂ ਵਿੱਚੋਂ ਟੁੱਟੀ ਹੋਈ ਬਾਦਲ ਹੈ ਉਹਦੇ ਲਿਖਦਿਆਂ ਕਰਨਗੇ, ਜਿਵੇਂ ਢੀਂਡ ਸਾਹਿਬ ਵੱਖਰੀ ਪਾਰਟੀ ਬਣਾ ਲੈਂਦਾ, ਅਕਾਲੀ ਦਲ ਬ੍ਰੈਕਟ ਚ ਢੀਂਡ ਸਾਹਿਬ ਪਾਦਾ ਕਰਨਗੇ। ਇਹ ਸਾਰਾ ਥੋੜਾ ਜਿਹਾ ਮੌਕਾ ਪ੍ਰਸਤੀ ਵਾਲਾ ਕੰਮ ਹੀ ਹੁੰਦਾ। ਕੋਈ ਏਡਾ ਐ ਨੀ ਹੈ ਵੀ ਸੁਖਬੀਰ ਲਾਦਾ ਤੇ ਪਤਾ ਨੀ ਦੂਜਾ ਬਣ ਜੂ ਜਾਂ ਕਿਵੇਂ ਚੁਣਿਆ ਜਾਊ, ਇਹਨਾਂ ਕੋਲ ਵਿਧੀਵਤ ਤਰੀਕਾ ਨੀ ਹੁੰਦਾ ਕਿਸੇ ਇਹਨਾਂ ਪਾਰਟੀਆਂ ਦਾ। ਸੁਖਬੀਰ ਸਿੰਘ ਬਾਦਲ ਨੂੰ ਬਦਲਣ ਦੀ ਮੰਗ ਪਹਿਲੀ ਵਾਰ 2022 ਦੇ ਵਿੱਚ ਉਠਾਈ ਗਈ ਸੀ ਜਦੋਂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਾਲੀ 13 ਮੈਂਬਰੀ ਝੂੰਦਾ ਕਮੇਟੀ ਨੇ ਲੀਡਰਸ਼ਿਪ ਬਦਲਣ, ਇੱਕ ਪਰਿਵਾਰ ਇੱਕ ਵਿਧਾਇਕ ਫਾਰਮੂਲਾ ਅਤੇ ਪਾਰਟੀ ਲਈ 2 ਸਾਲ ਦੀ ਮਿਆਦ ਦਾ ਸੁਝਾਅ ਦਿੱਤਾ ਸੀ। ਪਰ ਉਦੋਂ ਵੀ ਥੋੜ੍ਹੇ ਦਿਨ ਵਿਰੋਧ ਤੋਂ ਬਾਅਦ ਸਭ ਸ਼ਾਂਤ ਹੋ ਗਿਆ ਸੀ। ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਇੰਨੇ ਸਵਾਲ ਆਖਿਰ ਕਿਉਂ ਖੜ੍ਹੇ ਹੁੰਦੇ ਹਨ? ਇਸ ਦੇ ਜਵਾਬ 'ਚ ਮਾਹਰ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਇੱਕ ਦੂਰ ਅੰਦੇਸ਼ੀ ਵਾਲੀ ਸੋਚ ਅਤੇ ਨਿਮਰਤਾ ਵਾਲੇ ਆਗੂ ਨਹੀਂ ਹਨ। ਪ੍ਰਕਾਸ਼ ਸਿੰਘ ਬਾਦਲ ਨੂੰ ਅਸਹਿਮਤੀ ਨੂੰ ਸਹਿਮਤੀ ਦੇ ਵਿੱਚ ਬਦਲਣਾ ਆਉਂਦਾ ਸੀ, ਜੋ ਹੁਨਰ ਸੁਖਬੀਰ ਸਿੰਘ ਬਾਦਲ ਦੇ ਕੋਲ ਨਹੀਂ ਹੈ। ਉਹਨਾਂ ਦੇ ਦੇਹਾਂਤ ਤੋਂ ਬਾਅਦ ਪਾਰਟੀ ਅੰਦਰ ਪੈਦਾ ਹੋਇਆ ਖਲਾਅ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਬਣ ਗਈ ਹੈ। ਲੋਕ ਸਭਾ ਚੋਣਾਂ 2024 ਵੇਲੇ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਨਾਰਾਜ਼ ਕਰ ਲਿਆ ਅਤੇ ਦੇਸ਼ ਪ੍ਰਤਾਪ ਸਿੰਘ ਕੈਰ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਇਹ ਘਾਟਾ ਸੁਖਬੀਰ ਸਿੰਘ ਬਾਦਲ ਤੋਂ ਪੂਰਾ ਨਹੀਂ ਹੋ ਸਕਿਆ, ਜਿਸ ਦਾ ਨਤੀਜਾ ਨਵੀਂ ਪਈ ਫੁੱਟ ਹੈ। ਇੱਕ ਹੋਰ ਕਾਰਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਵਿਚਾਲੇ ਆਈ ਖੜੌਤ ਵੀ ਹੈ। ਪਾਰਟੀ ਇੰਨੇ ਵੱਡੇ ਸੰਕਟ 'ਚ ਘਿਰੀ ਹੋਈ ਹੋਵੇ ਅਤੇ ਵਿਕਰਮ ਸਿੰਘ ਮਜੀਠੀਆ ਕਿਸੇ ਨੂੰ ਦਿਖ ਨਹੀਂ ਰਹੇ, ਇਹ ਸਵਾਲ ਵੀ ਇਸ ਵੇਲੇ ਸਭ ਦੇ ਮਨਾਂ ਦੇ ਵਿੱਚ ਚੱਲ ਰਿਹਾ। ਹਾਲਾਂਕਿ ਪਹਿਲੀ ਵਾਰ ਨਹੀਂ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ 'ਚ ਫੁੱਟ ਪਈ ਹੋਵੇ। ਪਾਰਟੀ ਦੇ ਵਿੱਚ ਫੁੱਟ ਅਤੇ ਰਲੇਵੇਂ ਦਾ ਲੰਮਾ ਇਤਿਹਾਸ ਹੈ। 1994 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾ ਲਈ ਸੀ। 30 ਮਈ 1999 ਨੂੰ ਮਰਹੂਮ ਗੁਰਚਰਨ ਸਿੰਘ ਟੌੜਾ ਨੇ ਅਕਾਲੀ ਦਲ ਛੱਡ ਕੇ ਵੱਖਰੀ ਪਾਰਟੀ ਬਣਾਈ, ਸਰਵ ਹਿੰਦ ਅਕਾਲੀ ਦਲ। ਪਰ 2003 ਦੇ ਵਿੱਚ ਅਕਾਲੀ ਦਲ ਦੇ ਨਾਲ ਸੁਲਾਹ ਕਰ ਲਈ ਅਤੇ ਅਕਾਲੀ ਦਲ ਨਾਲ ਰਲੇਵਾਂ ਕਰ ਲਿਆ। 2004 ਦੇ ਵਿੱਚ ਸੁਰਜੀਤ ਕੌਰ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਸ਼ੁਰੂਆਤ ਕੀਤੀ। 16 ਦਸੰਬਰ 2018 ਨੂੰ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾ ਨੇ 12 ਨਵੰਬਰ 2018 ਨੂੰ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ। 2020 ਨੂੰ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਸਥਾਪਨਾ ਕੀਤੀ।
ਹਾਲਾਂਕਿ ਬਾਅਦ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਨੇ 2020 ਦੇ ਵਿੱਚ ਆਪੋ ਆਪਣੀਆਂ ਪਾਰਟੀਆਂ ਨੂੰ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਗਠਨ ਕਰ ਲਿਆ। ਬਾਅਦ ਦੇ ਵਿੱਚ 5 ਮਾਰਚ 2024 ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮੁੜ ਅਕਾਲੀ ਦਲ ਦੇ ਵਿੱਚ ਮਿਲਾ ਦਿੱਤਾ ਗਿਆ। ਪਰ ਇਹਨਾਂ ਵੱਖ ਹੋਈਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਮਿਲੀ। ਲੋਕਾਂ ਨੇ ਹਰ ਨਵੇਂ ਬਣੇ ਅਕਾਲੀ ਦਲ ਨੂੰ ਨਕਾਰ ਦਿੱਤਾ। ਬਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਖਰਾ ਚੱਲ ਰਿਹਾ ਤੇ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਵੀ ਹਨ। ਹੁਣ ਇਹ ਵੀ ਚਰਚਾ ਹੋਈ ਹੈ ਕਿ ਬਾਗੀ ਹੋਏ ਅਕਾਲੀ ਆਗੂ ਅਕਾਲੀ ਦਲ ਤੋਂ ਵੱਖਰੀ ਆਪਣੀ ਪਾਰਟੀ ਬਣਾ ਸਕਦੇ ਹਨ। ਪਰ ਮਸਲਾ ਉੱਥੇ ਦਾ ਉੱਥੇ ਹੀ ਹੈ ਕਿ ਪਾਰਟੀਆਂ ਵੱਖ ਬਣਦੀਆਂ ਰਹਿਣਗੀਆਂ, ਪਰ ਕੀ ਫਿਰ ਪੰਜਾਬ ਦੇ ਲੋਕ ਉਸ ਨਵੇਂ ਅਕਾਲੀ ਦਲ ਤੇ ਭਰੋਸਾ ਕਰਨਗੇ? ਇਸ ਲਈ ਜਿੱਥੇ ਇਹ ਵੇਲਾ ਸੁਖਬੀਰ ਸਿੰਘ ਬਾਦਲ ਲਈ ਸੋਚਣ ਦਾ ਹੈ, ਉੱਥੇ ਬਾਗੀਆਂ ਦੇ ਲਈ ਵੀ ਹੈ ਕਿ ਉਹ ਬਗਾਵਤ ਕਰਨ ਤਾਂ ਲੱਗੇ ਨੇ, ਪਰ ਬਗਾਵਤ ਦਾ ਨਤੀਜਾ ਕੀ ਕੱਢਣਾ, ਉਸ ਦੇ ਲਈ ਉਹਨਾਂ ਦੀ ਤਿਆਰੀ ਕੀ ਹੈ? ਧੰਨਵਾਦ। ਮੈਂ ਹਾਂ ਨਵਜੋਤ ਕੌਰ।